बसमिल्ला रहमान रहीम पी एफ प्राइज बोंड पालों को खुश आमदीद उम्मीद करता हूँ सब भाई ख़ैरियत खैरी होंगे तो भाई मेरे साढ़े सात सौ बाड चरा करना है साढ़े सात सौ बाड पाकिस्तानी डराया भाई मेरे कराची शहर का डराया साढ़े सात सौ बाड चरा करना है बड़ी प्यारी बहुत ही जबरदस्त रीजन अपने बइया वास्त लै आया ਇਨਸ਼ਾਅੱਲਾ ਮੇਰੇ ਭਾਈਆਂ ਨੂੰ ਪਸੰਦ ਆਸੀ ਰੂਟੀਨ ਵੇਖਣੀ ਹੈ ਮੇਰੇ ਭਾਈਆਂ ਨੇ ਤਵਜੋ ਨਾਲ ਇਨਸ਼ਾਅੱਲਾ ਮਜ਼ਾ ਆਵੇਗਾ ਮੇਰੇ ਭਾਈਆਂ ਨੂੰ ਰੂਟੀਨ ਵੇਖ ਤੇ ਅੱਜ ਭਾਈ ਮੈਂ ਕਰਾਚੀ ਟੂ ਕਰਾਚੀ ਦਾ ਇੱਕ ਰੂਟ ਲੈ ਕੇ ਆਇਆ ਬਹੁਤ ਹੀ ਜ਼ਬਰਦਸਤ ਬਹੁਤ ਹੀ ਪਿਆਰਾ ਜੋ ਮੈਨੂੰ ਅੱਛਾ ਲੱਗਿਆ ਮੈਂ ਇਹਦੇ ਭਾਈਆਂ ਨਾਲੋ ਸ਼ੇਅਰ ਕਰਨਾ ਹੀ ਕਰਨਾ ਤੇ ਮੈਂ ਇਹਦੇ ਭਾਈਆਂ ਨਾਲ ਵਾਦਾ ਕੀਤਾ ਹੈ ਕਿ ਮੈਂ థਾਈਲੈਂਡ ਦਾ ਸਿੰਗਲ ਕਲੋਜ਼ ਦੀ ਰੂਟੀਨ ਦਿੱਤੀ ਸੀ ਤੇ ਇਸ ਤੋਂ ਅਗਲੀ ਵੀਡੀਓ ਸਿੰਗਲ ਪੀਸੀ ਦੀ ਰੂਟੀਨ ਆਖਣੀ ਹੈ ਉਸੇ ਹੀ ਕਲੋਜ਼ ਨਾਲ ਇਹਦੀ ਮੈਂ ਆਪਣੇ ਭਾਈਆਂ ਨੂੰ ਕਿਹਾ ਤਕੋਸ਼ਿਸ਼ ਕਰਾ ਜੇ ਵੀਡੀਓ ਪੂਰੀ ਵੇਖਿਆ ਜੇ ਇਨਸ਼ਾਅੱਲਾ ਯਾਦ ਕਰੋਗੇ ਆਦੇ ਭਾਈ ਨੂੰ ਕਿ ਭਾਈ ਨੇ ਰੂਟੀਨ ਵਖਾਈ ਸੀ ਕੋਸ਼ਿਸ਼ ਮੇਰੀ ਇਸ ਮੇਰਾ ਮਕਸਦ ਇਹ ਹੈਗਾ ਕਿ ਮੇਰੇ ਭਾਈਆਂ ਤੱਕ ਮੇਰਾ ਪੈਗਾਮ ਜਾਵੇ ਤੇ ਅੱਛੀ ਰੂਟੀਨ ਲੱਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਮੇਰੇ ਪੇਜ ਨੂੰ ਫਾਲੋ ਲਾਜ਼ਮੀ ਕਰਨਾ ਹੈ ਤਾਂ ਕਿ ਜੋ ਵੀਡੀਓ ਆਵੇ ਮੇਰੇ ਭਾਈਆਂ ਤੱਕ ਉਸੇ ਟਾਈਮ ਪਹੁੰਚੇ ਜਦ ਮੈਂ ਅਪਲੋਡ ਕਰਾਂ ਮੇਰੇ ਭਾਈਆਂ ਤੱਕ ਪਹੁੰਚ ਜਾਵੇ ਤੇ ਕੋਸ਼ਿਸ਼ ਕਰਾ ਜੇ ਵੀਡੀਓ ਪੂਰੀ ਵੇਖਿਆ ਜੇ ਬਾਈ ਕੈ ਸਿੰਗਲ ਪੈਕੇਟ ਦੀ ਰੂਟੀਨ ਵਖਾਣੀ ਹੈ ਕਰਾਚੀ ਟੂ ਕਰਾਚੀ ਦੀ ਆਪਣੀ ਜ਼ਾਤੀ ਰੂਟੀਨ ਹੈ ਕਰਾਚੀ ਦੀ ਆ ਭਾਈ ਮੇਰੇ ਨਾ ਇਹ ਕਰਾਚੀ ਸ਼ਹਿਰ ਦੇ ਟੋਟਲ ਡਰਾ ਲਿਖੇ ਹੋਏ ਨੇ 1.2000 ਤੋਂ ਲੱਗ ਤੇ ਹੁਣ ਤੱਕ ਜਿੰਨੇ ਵੀ ਡਰਾ ਹੋਏ ਨੇ ਨਾ ਉਹ ਐ ਸਾਰੇ ਲਿਖੇ ਹੋਏ ਨੇ ਤੁਹਾਨੂੰ ਵੀ ਪਤਾ ਹੈ ਵੀ ਗ੍ਰਾਫ ਦੀ ਪਿਛਲੀ ਸਾਈਡ ਤੇ ਸ਼ਹਿਰਾਂ ਦੇ ਮਸਲ ਕੇ ਜੋ ਡਰਾ ਲੱਗੇ ਹੋਏ ਨੇ ਉਹ ਲਿਖੇ ਹੁੰਦੇ ਨੇ ਐ ਭਾਈ ਮੇਰੇ ਸਭ ਤੋਂ ਪਹਿਲੀ ਦਫਾ ਇਹਨੇ ਨਾ ਕਲੋਜ਼ ਦੀ ਬਾਕੀ ਕਲੋਜ਼ ਲਾਇਆ ਥੱਲੇ ਨੇ 55 8 ਦੀ ਪੈਕਟ ਲਾਈ ਜੇ ਫਿਰ ਆ ਕੇ ਆ ਕਲੋਜ਼ ਦੀ ਬਾਕੀ ਕਲੋਜ਼ ਲੱਗੀ ਏ ਮਿਸਾਲ ਦੇ ਤੌਰ ਤੇ ਕਲੋਜ਼ ਦੀ ਬਕਾ ਕਲੋਜ਼ ਲੱਗ ਜਾਵੇ ਥੱਲੇ ਆਪਾਂ ਡਰਾ ਕਰਨਾ ਹੋਵੇ ਐ 55 8 ਦੀ ਪੈਕਟ ਲੱਗੀ ਏ ਦੂਸਰੀ ਦਫਾ ਭਾਈ ਮੇਰੇ ਕਲੋਜ਼ ਦੀ ਬਾਕੀ ਐ ਲੱਗੀ ਏ ਥੱਲੇ 51 7 ਲੱਗੀ ਏ ਫਿਰ ਕਲੋਜ਼ ਦੀ ਬਾਕੀ ਕਲੋਜ਼ ਐ ਲੱਗੀ ਏ ਭਾਈ ਮੇਰੇ ਥੱਲੇ 95 8 ਦੀ ਪੈਕਟ ਲੱਗੀ ਏ ਅੱਜ ਕਲੋਜ਼ ਦੀ ਬਾਕੀ ਕਲੋਜ਼ ਲੱਗ ਚੁਕੀ ਏ ਔਰ ਐਡੀ ਪਿਆਰੀ ਰੀਜ਼ਨ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਤੁਹਾਨੂੰ ਪਸੰਦ ਆਵੇਗੀ ਇਹ ਰੀਜ਼ਨ ਪਸੰਦ ਆਵੇਗੀ ਮੇਰੇ ਭਾਈਆਂ ਨੂੰ ਤਵੱਜੋ ਨਾਲ ਵੀਡੀਓ ਵੇਖਣੀ ਇਨਸ਼ਾਅੱਲਾ ਮਜ਼ਾ ਆਸੀ ਬੜੀ ਪਿਆਰੀ ਰੀਜ਼ਨ ਹੈ ਬਹੁਤ ਹੀ ਪਿਆਰੀ ਰੀਜ਼ਨ ਹੈ ਭਾਈ ਐ ਸਭ ਤੋਂ ਪਹਿਲੇ ਭਾਈ ਮੇਰੇ ਨਾਲ ਜਿਹੜਾ ਐ ਡਰਾਮ ਐ ਆਪਣੇ ਭਾਈਆਂ ਨੂੰ ਵਖਾ ਕੇ ਵਖਾ ਚੁਕਿਆ ਕਿ ਐ 41 ਐ ਥੱਲੇ 9 ਦਾ ਕਲੋਜ਼ 1 ਦੀ ਬਾਕੀ 9 ਕਲੋਜ਼ ਲੱਗਿਆ ਜਿਵੇਂ ਕਿ ਅੱਜ 8 ਦੀ ਬਾਕੀ 2 ਕਲੋਜ਼ ਲੱਗ ਚੁਕਿਆ ਹੈ ਸਾਬ ਤੋਂ ਪਹਿਲੇ ਭਾਈ ਮੇਰੇ ਐਨੇ ਕਲੋਜ਼ ਲਾਇਆ ਇੱਕ ਦਾ ਇਸ ਤੋਂ ਅੱਗੇ ਜਦੋਂ ਕਰਾਚੀ ਆਇਆ ਨਾ ਤੇ ਇਹਨੇ ਇਹਦੀ ਬਕਾਚ ਕਲੋਜ਼ ਲਾ ਦਿੱਤਾ ਦੁਬਾਰਾ ਕਰਾਚੀ ਜਦੋਂ ਆਇਆ ਕਰੰਟ ਦੇ ਵਿੱਚ ਇਹ ਕਰੰਟ ਦੇ ਵਿੱਚ ਇਹ ਪਹਿਲੇ ਇਹ ਲੱਗਿਆ ਉੱਤੋਂ ਡਰਾ ਇਹ ਲੱਗਿਆ ਉਸ ਤੋਂ ਬਾਅਦ ਭਾਈ ਮੇਰੇ ਇਹਨੇ 55 8 ਦੀ ਪੈਕਟ ਲਾਈ ਜੇ 55 8 ਦੀ ਪੈਕਟ ਇਹ ਹੋਈ ਸੈਟ ਇਸੇ ਤਰੀਕੇ ਨਾਲ ਹੀ ਭਾਈ ਮੇਰੇ ਜਦੋਂ ਇਹ ਲੱਗਿਆ ਕਲੋਜ਼ ਦੀ ਬਕਾ ਕਰਾਚੀ ਕਲੋਜ਼ ਲਾ ਦਿੱਤਾ ਕਰੰਟ ਵਿੱਚ ਉਸ ਤੋਂ ਬਾਅਦ ਆਪਾਂ ਡਰਾ ਕਰਨਾ ਸੀ ਭਾਈ ਮੇਰੇ ਕਰਾਂਚੀ ਕਰੰਟ ਵਿੱਚ ਇਹ ਆਈ 40000 ਬੌਂਡ ਜਿੱਤੇ ਇਹਨੇ 51 ਸਾਦੀ ਪੈਕਟ ਲਾ ਦਿੱਤੀ ਫਿਰ ਆ ਕੇ ਭਾਈ ਮੇਰੇ ਜਦੋਂ ਇਹ ক্লোਜ਼ ਦੀ ਬਾਕੀ ক্লোਜ਼ ਲੱਗਿਆ ਦੁਬਾਰਾ ਕਰਾਂਚੀ ਕਰਾਚੀ ਆਈ ਇਹਨੇ 95 8 ਦੀ ਪੈਕਟ ਲਾ ਦਿੱਤੀ ਇਹ ਸੈੱਟ ਵਖਾਣ ਦਾ ਸਮਝ ਸਮਝਣਾ ਹੈਗਾ ਭਾਈ ਮੇਰੇ ਵਖਾਣ ਦਾ ਮਕਸਦ ਇਹ ਹੈ ਕਿ ਮੇਰੇ ਭਾਈਆਂ ਨੂੰ ਸਮਝ ਆ ਜਾਵੇ ਕਿ ਸੈੱਟ ਕਿਸ ਤਰ੍ਹਾਂ ਲੱਗਲ ਅੱਜ ਕਰਾਚੀ ਭਾਈ ਮੇਰੇ 38 ਲਾ ਲਾ ਚੁੱਕੀ ਹੈ ਇੰਨੇ ਕਰਾਸ ਦੇ ਵਿੱਚ ਇੰਨੇ ਸਾਹਮਣੇ ਜਦੋਂ ਦੁਬਾਰਾ ਕਰੰਟ ਕਰਾਚੀ ਆਈਏ ਤੇ ਨੇ ਬਾਹਰ ਦਾਖੜਾ ਲਾ ਦਿੱਤਾ ক্লোਜ਼ ਦੀ ਬਾਕੀ ਇਹਨੇ 2 ਦਾ ਫਿੰਗਰ 8 ਦੀ ਬਕਾਇਆ 2 ਇਹਨੇ ক্লোਜ਼ ਲਾ ਲਾ ਚੁੱਕੀ ਹੈ ਆ ਫਿਰ ਦੁਬਾਰਾ ਕਰਾ ਕਰਾਚੀ ਕਰੰਟ ਵਿੱਚ ਆ ਗਈ ਹੈ ਆਪਾਂ ਇੱਥੇ ਡਰਾ ਕਰਨਾ ਹੈ ਜਦੋਂ ਇਹ ਹਰਕਤ ਕਰ ਲੈਂਦਾ ਹੈ 8 ਦੀ ਬਕਾਇਆ ਇਹਨੇ ক্লোਜ਼ ਲਾ ਦਿੱਤਾ ਤੇ ਹੁਣ ਕਰਾਚੀ ਇਹ ਆ ਗਈ ਹੈ ਇੱਥੇ ਆਪਾਂ ਡਰਾ ਕਰਨਾ ਹੈ ਭਾਈ ਮੇਰੇ ਮੈਂ ਅੱਛੇ ਤਰੀਕੇ ਨਾਲ ਮੈਂ ਆਪਣੇ ਭਾਈਆਂ ਨੂੰ ਸਮਝਾਣਾ ਕਿ ਯਾਰ ਮੇਰੇ ਭਾਈਆਂ ਨੂੰ ਸਮਝ ਵੀ ਲੱਗ ਜਾਵੇ ਉਹ ਤਵੱਜੋ ਵੀ ਰੱਖਣੀ ਹੈ ਰੂਟੀਨ ਅੱਛੀ ਲੱਗ ਗਈ ਪਸੰਦ ਆਵੇ ਤੇ ਮੇਰੇ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਲਾਜ਼ਮੀ ਕਰਨਾ ਹੈ ਭਾਈ ਮੇਰੇ ਜਦੋਂ ਭਾਈ ਮੈਨਾਂ ਨੇ ਪਹਿਲੀ ਦਫਾ ਸੈੱਟ ਲਾਇਆ ਨਾ ਇੱਥੇ ਆਪਾਂ ਡਰਾ ਕਰਨਾ ਸੀ ਇਹਨੇ ਕਲੋਜ਼ ਕੱਲਾ 5 ਦਾ ਲਾਣਾ ਸੀ ਤਵੱਜੋ ਕਰਨੀ ਭਾਈ ਮੇਰੇ ਇੱਕ ਦਫਾ 5 ਦਾ ਕਲੋਜ਼ ਲਾਣਾ ਸੀ ਹੁਣ ਜਦੋਂ ਸੈੱਟ ਲੱਗੇਗਾ ਤੇ ਕੱਲਾ 5 ਦਾ ਓਪਨ ਇਹਨੇ ਲਾਣਾ ਹੈ ਜਦੋਂ ਇਹ ਸੈੱਟ ਲੱਗਾ ਭਾਈ ਮੇਰੇ ਦੁਬਾਰਾ ਜਦੋਂ ਕਰਾਚੀ ਆਈ ਤੇ ਇਹਨੇ ਕੱਲਾ 5 ਦਾ ਓਪਨ ਲਾਣਾ ਸੀ 5 ਤੇ ਫਿੰਗਰ ਤੋਂ ਬਗੈਰ ਡਰਾਪ ਲੈ ਨਹੀਂ ਕਰਨਾ ਸੀ ਇਹਨੇ 5 ਦਾ ਓਪਨ ਹੀ ਲਾਣਾ ਸੀ ਦੁਬਾਰਾ ਜਦੋਂ ਇਹ ਸੈਟ ਲੱਗਿਆ ਭਾਈ ਮੇਰੇ ਇੱਥੇ 5000 ক্লোਜ਼ ਹੀ ਲੱਗਣਾ ਸੀ ਇਹ ਜਦੋਂ ক্লোਜ਼ ਤੋਂ ক্লোਜ਼ ਲੱਗ ਗਿਆ ਦੁਬਾਰਾ ਕਰਾਚੀ ਆਈ ਤੇਨੇ 5 ਦਾ ক্লোਜ਼ ਲਾਉਣਾ ਸੀ ਦੇਖੋ ਭਾਈ ਮੇਰੇ ਪਹਿਲੇ ক্লোਜ਼ ਫਿਰ ਓਪਨ ਫਿਰ ক্লোਜ਼ ਅੱਜ ਉਹੀ ਸੈਟ ਲਾ ਕੇ ਖੜੀ ਹਈ ਕਰਾਚੀ ਭਾਈ ਮੇਰੇ ਕਹਿੰਦੀ ਕਿ ਇੱਥੇ ਕੱਲਾ ਓਪਨ ਲਾਓ 5 ਦਾ ਰੂਟੀਨ ਤੇ ਰੀਜ਼ਨ ਦੇ ਮੁਤਾਬਕ ਕੱਲਾ 5 ਦਾ ਕਹਿੰਦੀ ਕਿ ਇੱਥੇ ਓਪਨ ਲਾਓ ਇਹ ਕਰਾਚੀ ਖੁਦ ਕਹਿ ਰਿਆ ਇਹ ਤਾਂ ਹੋ ਗਈ ਓਪਨ ਦੀ ਰੂਟੀਨ ਮੈਂ ਸਿੰਗਲ ਪੈਕਟ ਤਾਂ ਆਪਣੇ ਭਾਈਆਂ ਨਾਲ ਵਾਦਾ ਕੀਤਾ ਇਨਸ਼ਾਅੱਲਾ ਅੱਲਾ ਨੇ ਚਾਹਿਆ ਤਾਂ ਸਿੰਗਲ ਪੈਕਟ ਹੀ ਮੇਰੇ ਭਾਈਆਂ ਨੂੰ ਨਾਲ ਸ਼ੇਅਰ ਕਰਾਂਗਾ ਔਰ ਬੜੇ ਅੱਛੇ ਤਰੀਕੇ ਨਾਲ ਪੂਰੀ ਪੈਕਟ ਲੱਗ ਰਹੀ ਜੇ ਔਰ ਪਿਛਾਇ ਲੱਗ ਲੱਗ ਚੁੱਕੀ ਹੈ ਕੱਲਾ ਪੰਜ ਦਾ ਫਿੰਗਰ ਕਹਿੰਦਾ ਕਿ ਮੈਨੂੰ ਓਪਨ ਲਾਓ ਰੂਟੀਨ ਕਹਿ ਰਹੀ ਹੈ ਮੈਂ ਨਹੀਂ ਕਿਉਂਕਿ ਲੱਗਦੇ ਨਸੀਬ ਹੁੰਦੇ ਨੇ ਮੇਰਾ ਕੰਮ ਹੈ ਮੈਂ ਆਪਣੇ ਭਾਈਆਂ ਦੇ ਨਾਲ ਰੀਜ਼ਨ ਅੱਛੀ ਤੋਂ ਅੱਛੀ ਰੀਜ਼ਨ ਆਦੇ ਭਾਈਆਂ ਨਾਲ ਸ਼ੇਅਰ ਕਰਾਂਗਾ ਮੇਰਾ ਮਕਸਦ ਇਹ ਹੈਗਾ ਸਿਲੈਕਸ਼ਨ ਤੁਸੀਂ ਖੁਦ ਕਰਨੀ ਹੈ ਲਾਣਾ ਮੇਰਾ ਕੰਮ ਨਹੀਂ ਦਾ ਜੋ ਡਰਾ ਲਗਣਾ ਹੈ ਮੇਰਾ ਕੰਮ ਨਹੀਂ ਲਾਣਾ ਲਾਣਾ ਕੁਦਰਤ ਆ ਲੈਨੇ ਉਹਦੀਆਂ ਖੇਡਾਂ ਨੇ ਭਾਈ ਮੇਰੇ ਸਾਡਾ ਕੰਮ ਹੈ ਕਿ ਰੀਜ਼ਨ ਰੂਟੀਨ ਚਲਦੀ ਆਦੇ ਭਾਈਆਂ ਦੇ ਸਾਹਮਣੇ ਕਰਨੀ ਅਗਾ ਸਿਲੈਕਸ਼ਨ ਤੁਸੀਂ ਖੁਦ ਕਰਨੀ ਹੈ ਜਦੋਂ ਪਹਿਲੀ ਦਫਾ ਭਾਈ ਮੇਰੇ ਸੈਟ ਲੱਗਿਆ ਨਾ ਇਹ ক্লোਜ਼ ਲਗਣਾ ਸੀ ਫਿਰ ਓਪਨ ਲਗਣਾ ਸੀ ਫਿਰ ক্লোਜ਼ ਲਗਣਾ ਸੀ ਫਿਰ ਅੱਜ ਓਪਨ ਲਗਣਾ ਹੈ ਇਹ ਮੈਂ ਆਦੇ ਭਾਈਆਂ ਨੂੰ ਵਖਾ ਚੁਕਿਆ ਹੁਣ ਸਿੱਧਾ ਸਿੱਧਾ ਕੱਲਾ ਕਲੋਸ ਕਿਵੇਂ ਲੱਗ ਰਿਹਾ ਹੈ ਫਿਰ ਸੈਂਟਰ ਕਿਵੇਂ ਲੱਗ ਰਿਹਾ ਹੈ ਉਹ ਵੀ ਮੈਂ ਆਦੇ ਭਾਈਆਂ ਨਾਲ ਸ਼ੇਅਰ ਕਰਨ ਲੱਗਿਆ ਹਾਂ ਜਦੋਂ ਭਾਈ ਮੇਰੇ ਇਹ ਕਰਾਚੀ ਤੀਸਰੀ ਜਿਹੜਾ ਜਦੋਂ ਤੀਸਰਾ ਸਟੈਪ ਪੂਰਾ ਹੋ ਜਾਵੇ ਇਹ ਕਲੋਸ ਦੀ ਬਕਾ ਕਲੋਸ ਲੱਗ ਜਾਵੇ ਅਗੋਂ ਕਰੰਟ ਚ ਕਰਾਚੀ ਆ ਜਾਵੇ ਜਦੋਂ ਦੁਬਾਰਾ ਤੇ ਪਿਛੇ ਦੇ ਬੈਗ ਜਿਹੜਾ ਡਰਾ ਲੱਗਿਆ ਖਲਣਾ ਇਹਦੇ ਤੋਂ ਪਹਿਲੇ ਜਿਹੜਾ ਡਰਾ ਲੱਗ ਚੁਕਿਆ ਤੀਸਰੀ ਪੱਟੀ ਤੇ ਆਇਆ ਇਹ ਪਹਿਲੀ ਪੱਟੀ ਦਾ ਜਿਹੜਾ ਇਹਦਾ ਕਰੰਟ ਦਾ ਪਿਛਲਾ ਡਰਾ ਹੈ ਨਾ ਉਹਦਾ ਆਪਾਂ ਮਿਡਲ ਆਕੜੇ ਦਾ ਫਰਕ ਲੈਣਾ ਹੈ ਇੰਦਾ ਫਰਕ ਹੈ ਭਾਈ ਮੇਰੇ 549 ਦਾ ਆਕੜਾ ਲੱਗਿਆ 5 ਫਰਕ ਹੈ ਕੱਲਾ 5 ਦਾ ਇੱਥੇ ਕਲੋਜ਼ ਹੀ ਲੱਗਣਾ ਸੀ ਕੱਲਾ 5ਾ ਇੱਥੇ ਕਲੋਜ਼ ਹੀ ਲੱਗਣਾ ਸੀ ਔਰ ਇਹਨੇ ਕਲੋਜ਼ 5 ਦਾ ਲਾਤੇ ਇਹਨੇ 55 ਦਾ ਆਕੜਾ ਲਾ ਦਿੱਤਾ ਭਾਈ ਮੇਰੇ ਪਹਿਲੀ ਦਫਾ ਦੁਬਾਰਾ ਜਦੋਂ ਭਾਈ ਮੇਰੇ ਸੈੱਟ ਬਣਿਆ ਇਸੇ ਤਰੀਕੇ ਨਾਲ ਹੀ ਲੱਗਿਆ ਇੱਥੇ ਆਪਾਂ ਰਾ ਕਰਨਾ ਸੀ ਬੈਕ ਆਕੜੇ ਦੀ ਫਰਕ ਆਪਾਂ ਲੈਣਾ ਸੀ ਮਿਡਲ ਆਕੜੇ ਦਾ ਸੌਰੀ ਭਾਈ ਮਿਡਲ ਆਕੜੇ ਦਾ ਆਪਾਂ ਫਰਕ ਲੈਣਾ ਸੀ ਏਸੀ 23 ਦਾ ਆਕੜਾ ਲੱਗਿਆ ਇਹਨਾਂ ਦਾ ਫਰਕ ਸੀ ਆਕੜੇ ਦਾ ਹਿੱਕ ਕੱਲਾ ਇੱਕ ਦਾ ਇੱਥੇ ਕਲੋਜ਼ ਲੱਗਣਾ ਸੀ ਭਾਈ ਮੇਰੇ ਸਿੰਗਲ ਕਲੋਜ਼ ਇੱਕ ਦਾ ਸੀ ਪੰਜ ਦੇ ਫਿੰਗਰ ਨਾਲ ਲੱਗਣਾ ਸੀ ਪੰਜ ਦੇ ਫਿੰਗਰ ਨਾਲ ਇੱਕ ਦਾ ਹੀ ਕਲੋਜ਼ ਲੱਗਣਾ ਸੀ ਭਾਈ ਫਿਰ ਆ ਕੇ ਭਾਈ ਮੇਰੇ ਜਦੋਂ ਦੁਬਾਰਾ ਸੈੱਟ ਲੱਗਿਆ ਇਹ ਕਲੋਜ਼ ਤੋਂ ਕਲੋਜ਼ ਆ ਗਿਆ ਤੇ ਪਿਛੇ ਇਹਦੇ ਇੱਥੇ ਪਰ ਡਰਾ ਖੇਲਣਾ ਸੀ ਇੱਥੇ ਡਰਾ ਕਰਨਾ ਸੀ ਇਹਦਾ ਮਿਡਲ ਆਕਰ ਦੇ ਦਾ ਫਰਕ ਪੰਜ ਸੀ ਕੱਲਾ ਪੰਜ ਦਾ ਇੱਥੇ ਕਲੋਜ਼ ਹੀ ਲੱਗਣਾ ਸੀ ਭਾਈ ਇਹਨੇ 95 8 ਦੀ ਪੈਕਟ ਲਾ ਦਿੱਤੀ ਔਰ ਪੰਜ ਦਾ ਕਲੋਜ਼ ਇਹਨੇ ਲਾ ਦਿੱਤਾ ਅੱਜ ਭਾਈ ਮੇਰੇ ਉਸੇ ਤਰੀਕੇ ਨਾਲ ਸਟੈਪ ਪੂਰਾ ਕਲੀਅਰ ਕਰ ਤੇ ਖੜਾ ਹੋਇਆ ਤੇ ਕਹਿੰਦਾ ਪੰਜ ਦੇ ਇੱਥੇ ਓਪਨ ਲਾਵੋ ਔਰ ਜਿੰਨੇ ਇਹਦੇ ਬੈਕ ਜਿਹੜਾ ਡਰਾ ਲੱਗਿਆ ਖਲਾ ਇਹਦੇ ਮਿਡਲ ਆਕੜੇ ਦਾ ਫਰਕ ਜੇ 2 ਮਿਡਲ ਆਕੜੇ ਦਾ ਫਰਕ 2 ਹੈ ਇਹ ਮਿਡਲ ਆਕੜਾ 31 ਦਾ ਲੱਗਿਆ ਖਲਾ 13 1 ਦੀ ਪੈਕਟ ਲੱਗੀ ਖਲੀ ਇਹ ਮਿਡਲ ਆਕੜੇ ਦਾ ਫਰਕ 2 ਹੈ ਇਹ ਕਹਿੰਦਾ ਇੱਥੇ ਕੱਲਾ 2 ਦਾ ਕਲੋਜ਼ ਲਾਓ ਰੂਟੀਨ ਔਰ ਰੀਜ਼ਨ ਕਹਿ ਰਹੀ ਹੈ ਕਿ ਕੱਲਾ 2 ਦਾ ਕਲੋਜ਼ ਲਾਓ ਮੇਰਾ ਕੰਮ ਹੈ ਆਪਣੇ ਭਾਈਆਂ ਦੇ ਨਾਲ ਰੂਟੀਨ ਸ਼ੇਅਰ ਕਰਨੀ ਔਰ ਜਿਹੜੀ ਮੈਨੂੰ ਪਸੰਦਾ ਦੀ ਉਹੀ ਚੀਜ਼ ਮੈਂ ਆਦੇ ਭਾਈਆਂ ਦੇ ਨਾਲ ਸ਼ੇਅਰ ਕਰਨਾ ਐ ਭਾਈ ਮੇਰੇ ਸਿੰਗਲ ক্লোਜ਼ ਕਹਿੰਦਾ ਹੈ ਦੋ ਦਲਾਓ ਪੰਜ ਦਾ ਕਹਿੰਦਾ ਹੈ ਓਪਨ ਲਾਓ ਇੱਕ ਹੀ ਆਕੜਾ ਬੰਨਦਾ ਹੈ ਇੱਕੋ ਪੈਕਟ ਆਪਣੇ ਭਾਈਆਂ ਨਾਲ ਵਾਦਾ ਕੀਤਾ ਇਨਸ਼ਾਅੱਲਾ ਇੱਕੋ ਹੀ ਪੈਕਟ ਫਸਟ ਸੈਕਿੰਡ ਖੇਲਣੀ ਚਾਹੀਦੀ ਪੈਕਰ ਦੀ ਜਿਹੜੀ ਰੂਟੀਨ ਹੈ ਨਾ ਭਾਈ ਮੇਰੇ ਉਹ ਸੈਕਿੰਡ ਫਸਟ ਹੀ ਖੇਲਣੀ ਚਾਹੀਦੀ ਤੇ ਮੈਂ ਆਦੇ ਭਾਈਆਂ ਨਾਲ ਅੱਛੀ ਤੋਂ ਅੱਛੀ ਰੂਟੀਨ ਸ਼ੇਅਰ ਕਰਾਂਗਾ ਇਨਸ਼ਾਅੱਲਾਹ ਅੱਲਾਹ ਦੇ ਨਾਲ ਰੂਟੀਨ ਰੀਜ਼ਨ ਅੱਛੀ ਲੱਗੇ ਪਸੰਦ ਆਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਮੇਰੇ ਪੇਜ ਨੂੰ ਫਾਲੋ ਲਾਜ਼ਮੀ ਕਰਨਾ ਐ ਇਹ ਸਿੰਗਲ ਆਕੜਾ ਹੈ ਭਾਈ ਮੇਰੇ ਕਰਾਚੀ ਸ਼ਹਿਰ ਖੁਦ ਕਹਿ ਰਿਹਾ ਕਿ ਮੈਨੂੰ ਮੈਂ ਇਹ ਆਕੜਾ ਲਾਣਾ ਹੈ ਕਰਾਚੀ ਦੀ ਰੂਟੀਨ ਕਹਿ ਰਹੀ ਹੈ ਕਰਾਚੀ ਦੀ ਆਪਣੀ ਜ਼ਾਤੀ ਰੂਟੀਨ ਤੇ ਹੋਰ ਦਿਨ ਮੈਨੂੰ ਅੱਛੀ ਨੇ ਲੱਗਦੀ ਕਿਤਾਬ ਦਾ ਕਿ ਇਧਰੋਂ ਘਟਾਲੋ ਇਧਰੋਂ ਵਧਾ ਲਓ ਮੈਂ ਉਹ ਚੀਜ਼ ਵਖਾਣੀ ਹੁੰਦੀ ਆਦੇ ਭਾਈਆਂ ਨੂੰ ਜਿਹੜੀ ਚੀਜ਼ ਕਿ ਸਿੱਧੀ ਸਿੱਧੀ ਲੱਗ ਰਹੀ ਹੈ ਆ ਭਾਈ ਮੇਰੇ 52 ਦਾ ਆਕੜਾ ਕਹਿੰਦਾ ਹੈ ਕਰਾਚੀ ਸ਼ਹਿਰ ਕਹਿੰਦਾ ਕਿ ਕੱਲਾ 52 ਦਾ ਆਕੜਾ ਪਲੇ ਕਰੋ ਇਹਦੇ ਨਾਲ ਸੈਂਟਰ ਕਿਸ ਤਰ੍ਹਾਂ ਲੱਗ ਰਿਹਾ ਉਹ ਵੀ ਮੈਦੇ ਭਾਈਆਂ ਨਾਲ ਸ਼ੇਅਰ ਕਰਨਾ ਐ ਭਾਈ ਮੇਰੇ ਜਦੋਂ ਪਹਿਲੀ ਦਫਾ ਲੱਗਿਆ ਇਹਨੇ 8 ਦਾ ਸੈਂਟਰ ਲਾਇਆ 55 ਦੇ ਆਕੜੇ ਨਾਲ 8 ਦਾ ਸੈਂਟਰ ਦੁਬਾਰਾ ਜਦੋਂ ਇਹ ਸੈੱਟ ਲੱਗਿਆ ਇਹਨੇ 7 ਦਾ ਸੈਂਟਰ ਲਾਇਆ ਦੁਬਾਰਾ ਜਦੋਂ ਸੈੱਟ ਲੱਗਿਆ ਇਹਨੇ 8 ਦਾ ਲਾਇਆ ਪਹਿਲੇ 8 ਦਾ ਫਿਰ 7 ਦਾ ਫਿਰ 8 ਦਾ ਅੱਜ ਕੰਨਾ ਇੱਥੇ 7 ਦਾ ਨਾਲ ਸੈਂਟਰ ਲਾਓ ਔਰ 52 7 ਦੀ ਸਿੰਗਲ ਪੈਕਟ ਬਣਾਓ ਸਿੰਗਲ ਪੈਕਟ ਹੈ ਪੈਕਟ ਦੀ ਰੂਟੀਨ ਬਈ ਸੈਕਿੰਡ ਫਸਟ ਹੀ ਖੇਲਣੀ ਚਾਹੀਦੀ ਏ ਔਰ ਅੱਛੇ ਤਰੀਕੇ ਨਾਲ ਅੱਛੇ ਸੈੱਟ ਦੇ ਮੁਤਾਬਕ ਇਹ ਲੱਗ ਰਹੀ ਏ ਭਾਈ ਮੇਰੇ ਯਕੀਨ ਹੈ ਕਿ ਮੇਰੇ ਭਾਈਆਂ ਨੂੰ ਮੇਰੀ ਰੂਟੀਨ ਅੱਛੀ ਲੱਗੀ ਹੋਵੇਗੀ ਪਸੰਦ ਆਈ ਹੋਵੇਗੀ ਦੀ ਸਿੰਗਲ ਪੈਕਟ ਦੀ ਰੂਟੀਨ ਵਿਖਾਈ ਆਪਣੇ ਭਾਈਆਂ ਨੂੰ ਔਰ ਭਾਈ ਮੇਰੇ ਇਸ ਰੂਟੀਨ ਆ ਬਣਾਉਣ ਤੇ ਮਿਹਨਤ ਲਗਦੀ ਜੇ ਬਹੁਤ ਮਿਹਨਤ ਲਗਦੀ ਜੇ ਕਿ ਸੈੱਟ ਲੱਭਣ ਦੇ ਕਿ ਕਮੈਂਟ ਕਰਨ ਲੱਗਾ ਇੱਕ ਛੋਟਾ ਜਿਹਾ ਸੋਚਿਆ ਕਰੋ ਕਿ ਯਾਰ ਅਗਲੇ ਨੇ ਮਿਹਨਤ ਕਿੰਨੀ ਕੀਤੀ ਏ ਔਰ ਇੰਨੀ ਮਿਹਨਤ ਕਰਕੇ ਸਾਡੇ ਸਾਰੇ ਬਰਾ ਮੇਰੇ ਵਾਸਤੇ ਸਾਰੇ ਭਾਈ ਨੇ ਮੈਂ ਆਪਣੇ ਭਾਈਆਂ ਵਾਸਤੇ ਇੰਨੀ ਮਿਹਨਤ ਕਰਦੇ ਆ ਰੁਟੀਨ ਰੱਖੀ ਇਹ ਬਣਾਈਏ ਔਰ ਕਮੈਂਟ ਕਰਨ ਲੱਗਾ ਐਸਾ ਕਮੈਂਟ ਕਰਨਗੇ ਯਾਰ ਕਿ ਰੀਜ਼ਨ ਕੀ ਹੁੰਦੀ ਦੱਸੋ ਯਾਰ ਲਿਖ ਦਿੱਤੇ ਇੱਕ ਭਾਈ ਨੇ ਮੇਰੇ ਪੀਐਫ ਪ੍ਰਾਈਜ਼ ਬਾਂਡ ਤੇ ਵੇਚੀ ਪਿਆ ਹੁੰਦਾ ਕਮੈਂਟ ਕਿ ਰੀਜ਼ਨ ਕੀ ਹੁੰਦਾ ਮੈਨੂੰ ਤਾਂ ਆਪ ਨੂੰ ਨਹੀਂ ਸਮਝ ਆਈ ਯਾਰ ਭਾਈ ਨੇ ਕੀ ਸੋਚ ਕੇ ਲਿਖਿਆ ਆ ਭਾਈ ਮੇਰੇ ਸਿੰਗਲ ਪੈਕਟ ਦੀ ਰੂਟੀਨ ਹੈ ਜਿਹੜੀ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕੀਤੀ ਹੈ। ਅੱਛੀ ਲੱਗੇ, ਪਸੰਦ ਆਵੇ ਤੇ ਆਦੀ ਗੇਮ 'ਚ ਇਹਨੂੰ ਸ਼ਾਮਲ ਕਰਾਜੇ। ਅਦਰਵਾਇਜ਼ ਤੁਸੀਂ ਛੋੜ ਸਕਦੇ ਹੋ। ਤੁਹਾਡੇ ਨਾਲ ਮੈਚ ਨਾ ਕਰੇ, ਤੁਹਾਨੂੰ ਪਸੰਦ ਨਾ ਆਵੇ, ਤੁਸੀਂ ਇਹਨੂੰ ਛੋੜ ਸਕਦੇ ਹੋ। ਮੇਰਾ ਕੰਮ ਸੀ ਮੈਂ ਆਪਣੇ ਭਾਈਆਂ ਦੇ ਨਾਲ ਸ਼ੇਅਰ ਕਰਨੀ। ਤੇ ਐ ਭਾਈ ਮੇਰੇ ਮੇਰਾ WhatsApp ਨੰਬਰ ਹੈ। ਇਹ ਮੇਰਾ ਜੈਜ਼ ਦਾ ਨੰਬਰ ਹੈਗਾ ਜੇ ਮੇਰੇ ਕੋਲ ਵੈਸੇ ਕੋਲੇ ਦੇ ਤੇ WhatsApp ਨਹੀਂ ਬਣਿਆ ਹੋਇਆ ਜੇ। ਇਹ ਮੇਰਾ WhatsApp ਬਣਿਆ ਹੋਇਆ ਹੁੰਦੇ ਤੇ ਕੋਈ ਦੋਸਤ ਟਾਰਗੇਟ ਚ ਗੇਮ ਲੈਣਾ ਚਾਵੇ ਤੇ ਇਸ ਨੰਬਰ ਤੇ ਰਾਬਤਾ ਕਰ ਸਕਦੇ ਹੋ ਇਸ ਨੰਬਰ ਤੇ ਰਾਬਤਾ ਕਰ ਸਕਦੇ ਆ ਭਾਈ ਮੇਰਾ ਰਾਬਤਾ ਨੰਬਰ ਹੈ ਇਹਦੇ ਤੇ ਰਾਬਤਾ ਕਰ ਸਕਦੇ WhatsApp ਨੰਬਰ ਹੈ ਮੇਰਾ ਤੇ ਇਹ ਸਿੰਗਲ ਪੈਕੇਟ ਹੈਗੀ ਏ ਪਸੰਦ ਆਵੇ ਤਾਂ ਆਦੀ ਗੇਮ ਚ ਸ਼ਾਮਲ ਕਰਿਆ ਜਾਂ ਅਦਰਵਾਇਜ਼ ਛੋੜ ਸਕਦੇ ਹੋ ਤੇ ਸ਼ਕੀਲ Niazi ਸਾਹਿਬ ਖਾਨ ਸਾਹਿਬ ਮੇਰੇ ਦੋਸਤ ਹੈਗੇ ਨੇ ਪਿੰਡੀ ਦੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਯਾਰ ਨਾ ਰੂਟੀਨ ਵਖਾ ਕਰਾਚੀ ਟੂ ਕਰਾਚੀ ਦੀ ਕਿ ਮੈਂ ਅੱਜ ਆਪਣੇ ਭਾਈਆਂ ਦੇ ਸਾਹਮਣੇ ਸ਼ੇਅਰ ਕਰਤੀ ਸਭ ਮੇਰੇ ਭਾਈ ਨੇ ਤੇ ਸ਼ਕੀਲ ਵੀ ਮੇਰਾ ਭਾਈ ਏ ਸ਼ਕੀਲ ਨਿਆਜ਼ੀ ਸਾਹਿਬ ਖਾਨ ਸਾਹਿਬ ਦੋਸਤੀ ਨੇ ਭਾਈ ਵੀ ਨੇ ਤੇ ਮੈਂ ਆਪਣੇ ਭਾਈ ਨਾਲ ਵਾਅਦਾ ਕੀਤਾ ਸੀ ਕਿ ਮੈਂ ਰੂਟਿਨ ਖਾਵਾਂਗਾ ਇਨਸ਼ਾਅੱਲਾ ਦੋਨੋਂ ਇਹ ਸਿੰਗਲ ਪੈਕੇਟ ਦੀ ਕਰਾਚੀ ਤੋਂ ਕਰਾਚੀ ਦੀ ਉਹ ਅੱਜ ਮੈਂ ਆਪਣੇ ਭਾਈਆਂ ਨੂੰ ਰੂਟਿਨ ਆਦੇ ਭਾਈਆਂ ਨਾਲ ਸ਼ੇਅਰ ਕਰ ਦਿੱਤੀ ਏ ਤੋ ਭਾਈ ਮੇਰੇ ਮੈਨੂੰ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਅੱਲਾਹ ਹਾਫਿਜ਼